ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜਿਹੇ ਪਲੇਟਫਾਰਮ ਤੇ। ਤੇ ਜਿਵੇਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਪੰਜਾਬ ਲੇਬਰ ਇੰਸਪੈਕਟਰ ਦਾ ਸਿਲੇਬਸ ਜੋ ਆਫੀਸ਼ੀਅਲੀ ਹੈ, ਆਫੀਸ਼ੀਅਲੀ ਮਤਲਬ ਆਊਟ ਹੋ ਚੁੱਕਿਆ ਹੈ। ਇਹਦੇ ਵਿੱਚ ਥੋੜੇ ਬਹੁਤ ਚੇਂਜਸ ਨੇ, ਉਹ ਚੇਂਜਸ ਕੀ ਹੈ ਉਹ ਦੇਖੋ। ਸਭ ਤੋਂ ਪਹਿਲੀ ਗੱਲ, ਇੱਕ ਤਾਂ ਮੈਂ ਤੁਹਾਨੂੰ ਦੱਸ ਦੇਣਾ ਹੈ ਕਿ ਆਪਣਾ ਜੋ ਪੰਜਾਬ ਦੀ GK ਹਿਸਟਰੀ ਐਂਡ ਕਲਚਰ ਹੈ ਨਾ ਉਹਦੀ ਵੇਟੇਜ ਇਸ ਪੇਪਰ ਦੇ ਵਿੱਚ ਬੜਾ ਦਿੱਤੀ ਗਈ ਹੈ, ਯਾਨੀ ਉਹ ਇਕੱਲਾ 17 ਨੰਬਰ ਦਾ ਹੈ। ਤਾਂ ਆਪਾਂ ਪਹਿਲਾਂ ਇਹਨੂੰ ਡਿਸਕਸ ਕਰ ਲੈਂਦੇ ਹਾਂ, ਫਿਰ ਮੈਂ ਤੁਹਾਨੂੰ ਦੱਸੂਗਾ ਕਿ ਆਪਾਂ ਕਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਕਵਰ ਕਰ ਸਕਦੇ ਹਾਂ ਫ੍ਰੀ ਆਫ ਕੋਸਟ। ਠੀਕ ਹੈ, ਆ ਜਾਓ। ਸਭ ਤੋਂ ਪਹਿਲੀ ਗੱਲ ਤਾਂ 50 ਨੰਬਰ ਦਾ ਜਿਹੜਾ ਕੁਆਲੀਫਾਈ ਟੈਸਟ ਹੈ ਉਹ ਤਾਂ ਹੋਣਾ ਹੀ ਹੋਣਾ ਹੈ। ਉਸ ਤੋਂ ਬਾਅਦ ਆ ਜਾਓ ਮੇਨਲੀ 100 ਨੰਬਰ ਦਾ, ਜੋ ਪਾਰਟ ਬੀ ਦੇ ਵਿੱਚ 100 ਨੰਬਰ ਦਾ ਕੁਐਸਚਨ ਆਉਣਗੇ, ਸੋ ਹੀ ਉਹਦੇ ਮਾਰਕਸ ਹੋਣਗੇ। ਠੀਕ ਹੈ, 100 ਕੁਐਸਚਨ ਹੋਣਗੇ, ਸੋ ਹੀ ਉਹਦੇ ਮਾਰਕਸ ਹੋਣਗੇ। ਉਸ ਤੋਂ ਬਾਅਦ ਆ ਜਾਓ ਆ ਪੇਪਰ, ਇਹਦਾ ਜੋ ਸਿਲੇਬਸ ਹੈ ਨੋਰਮਲੀ ਮੁਹਾਵਰੇ ਅਖਾਣ ਸ਼ਬਦ ਦੇ ਭੇਦ ਤੇ ਸਭ ਕੁਝ ਹੁੰਦਾ ਹੀ ਹੈ। ਉਸ ਤੋਂ ਬਾਅਦ ਆ ਜਾਓ ਭਾਈ, ਆ ਲਓ ਇੱਧਰ ਦੇਖੋ, ਆ ਹੈਗਾ ਆਪਣਾ GS ਦਾ, ਪੂਰੇ ਦੇ ਪੂਰੇ GS ਦਾ ਸਿਲੇਬਸ, ਜਿਹਦੇ ਵਿੱਚ ਜੀਓਗ੍ਰਾਫੀ, ਸਿਨੇਮਾ ਲਿਟਰੇਚਰ, ਸਪੋਰਟਸ, ਹਿਸਟਰੀ ਆਫ ਇੰਡੀਆ ਵਿਦ ਸਪੈਸ਼ਲ ਰੈਫਰੈਂਸ ਟੂ ਇੰਡੀਅਨ ਫਰੀਡਮ ਸਟਰਗਲ ਮੂਵਮੈਂਟ। ਅੱਜ ਤੋਂ ਪਹਿਲਾਂ ਐਵੇਂ ਆਉਂਦਾ ਸੀ ਕਿ ਵਿਦ ਸਪੈਸ਼ਲ ਰੈਫਰੈਂਸ ਟੂ ਪੰਜਾਬ, ਬਟ ਹੁਣ ਦੇਖੋ ਹਿਸਟਰੀ ਆ ਰਹੀ ਹੈ ਬਈ, ਫਰੀਡਮ ਮਤਲਬ ਮਾਡਰਨ ਹਿਸਟਰੀ। ਠੀਕ ਹੈ, ਇਕਨੋਮਿਕਸ, ਸਾਇੰਸ ਐਂਡ ਟੈਕਨੋਲੋਜੀ, ਕਰੰਟ ਅਫੇਅਰ, ਇਨਵਾਇਰਮੈਂਟ, ਪੋਲਿਟੀ। ਹੁਣ ਦੇਖੋ ਸਿਲੇਬਸ ਆ ਗਿਆ, ਤਾਂ ਮੈਂ ਤੁਹਾਨੂੰ ਦੱਸਦਾ ਲੇਬਰ ਇੰਸਪੈਕਟਰ ਦੇ ਲਈ ਆਪਣੇ ਡੇਲੀ 11 ਵਜੇ ਫ੍ਰੀ ਆਫ ਕੋਸਟ MCQ ਚੱਲਦੇ ਆ ਬਈ ਇਸੇ ਯੂਟਿਊਬ ਚੈਨਲ 'ਤੇ। ਤਾਂ ਪਹਿਲੀ ਚੀਜ਼ ਤਾਂ ਇੱਥੋਂ ਕਵਰ ਹੋ ਗਈ, ਉਹ ਤੁਹਾਡੀ ਕੀ ਉਹਨਾਂ ਦੇ ਵਿੱਚ ਕੀ ਚੱਲਦਾ ਹੈ, ਉਹਨਾਂ ਵਿੱਚ ਹੁੰਦੇ ਹੈ ਕੁਐਸਚਨ ਇਕਨੋਮਿਕਸ ਦੇ, ਇਨਵਾਇਰਮੈਂਟ ਦੇ, ਠੀਕ ਹੈ, ਔਰ ਜੀਓਗ੍ਰਾਫੀ ਦੇ। ਆ ਗਈ ਗੱਲ ਸਮਝੇ, ਯਾਨੀ ਤਿੰਨ ਤੁਹਾਡੇ MCQ, ਤਿੰਨ ਸਬਜੈਕਟਾਂ ਦੇ MCQ ਤੁਸੀਂ 11 ਵਜੇ ਡੇਲੀ ਅਰਜਨ ਬੱਬਰ ਸਰ ਕਰਾਉਂਦੇ ਆ, ਤੁਸੀਂ ਕਵਰ ਕਰ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਬਾਕੀ ਜੋ ਪੇਡ, ਜੋ ਕਿਆ ਕਹਿੰਦੇ ਇਹਨੂੰ, ਕੰਪਲੀਟ ਜੋ ਸਿਲੇਬਸ ਉਹ ਆਪਣੇ ਪੇਡ ਬੈਚ ਵਿੱਚ ਹੈ ਹੀ ਹੈ ਬਈ, ਮੈਂ ਸਿਰਫ MCQ ਕਿਹਾ ਹੈ। ਠੀਕ ਹੈ, ਹੁਣ ਆ ਜਾਓ ਕਿ ਸਰ ਫਿਰ ਫ੍ਰੀ ਕੀ ਆ, ਜਿਹੜਾ ਕੰਪਲੀਟ ਫ੍ਰੀ ਹੀ ਹੋਵੇ ਉਹ ਹੈਗਾ ਕਿ ਤੁਹਾਨੂੰ ਪੰਜਾਬ GK ਦਾ ਕੋਈ ਵੀ ਬੈਚ ਲੈਣ ਦੀ ਲੋੜ ਨਹੀਂ ਹੈ, ਅਗਰ ਤੁਸੀਂ ਹੈਂਡ ਰਿਟਨ ਨੋਟਸ ਬਣਾ ਸਕਦੇ ਹੋ, ਅਗਰ ਹੈਂਡ ਰਿਟਨ ਨੋਟਸ ਬਣਾ ਸਕਦੇ ਹੋ। ਕਿਉਂ, ਹੁਣ ਆ ਜਾਓ ਇਹ 25 ਨੰਬਰ ਦੇ ਆ ਇਹਨੇ, ਆ ਦੇਖੋ ਕੋਈ ਅਗਰ ਦੇਖੋਗੇ ਇੱਧਰ ਦੇਖੋ 17 ਨੰਬਰ ਦੇ ਰੱਖਿਆ ਭਾਈ, 17 ਨੰਬਰ ਦੀ ਹੈ ਇਕੱਲੀ ਆਪਣੀ ਪੰਜਾਬ ਹਿਸਟਰੀ ਐਂਡ ਕਲਚਰ, ਜਿਹਦੇ ਵਿੱਚ ਪੰਜਾਬ ਐਂਸ਼ੰਟ ਹਿਸਟਰੀ, ਸੋਸ਼ਲ ਰਿਲੀਜੀਅਸ, ਇਕਨੋਮਿਕਸ ਲਾਈਫ ਪੰਜਾਬ ਦੀ, ਡਿਵੈਲਪਮੈਂਟ ਆਫ ਲੈਂਗੁਏਜ ਔਰ ਲਿਟਰੇਚਰ, ਆਰਟਸ, ਸੋਸ਼ਲ ਐਂਡ ਕਲਚਰ ਔਫ ਪੰਜਾਬ ਡਿਊਰਿੰਗ ਅਫਗਾਨ ਔਰ ਮੁਗਲ ਰੂਲਰ, ਭਗਤੀ ਮੂਵਮੈਂਟ, ਸੂਫੀਜ਼ਮ, ਟੀਚਿੰਗ ਹਿਸਟਰੀ ਆਫ ਸਿੱਖ ਗੁਰੂਜ਼ ਐਂਡ ਸੰਤ ਇਨ ਪੰਜਾਬ, ਆਦਿ ਗ੍ਰੰਥ, ਸਿੱਖ ਰੂਲਸ, ਫਰੀਡਮ ਮੂਵਮੈਂਟਸ ਆਫ ਪੰਜਾਬ। ਇਹ ਸਾਰੀ ਚੀਜ਼, ਜਦੋਂ ਇਹ ਚੀਜ਼ਾਂ ਸਿਲੇਬਸ 'ਚ ਨਹੀਂ ਵੀ ਸੀ, ਉਦੋਂ ਆਪਾਂ 42 ਵੀਡੀਓ ਦੇ ਵਿੱਚ, ਅੰਕਿਤ ਸਰ ਨੇ 40 ਤੋਂ ਲੈ ਕੇ 42 ਵੀਡੀਓ ਹੈ ਜਿਹਦੇ ਵਿੱਚ ਕੰਪਲੀਟ ਥਿਊਰੀ ਕਰਾਈ ਵੀ ਹੈ ਭਾਈ, ਪਲੇਲਿਸਟ ਬਣੀ ਵੀ ਹੋਊਗੀ, ਜਾ ਕੇ ਦੇਖ ਲਿਓ ਪੰਜਾਬ ਦੀ। ਠੀਕ ਹੈ, ਇਸ ਤੋਂ ਬਾਅਦ ਪੰਜਾਬ GK ਦੇ ਜਿੰਨੇ ਵੀ PSSSB ਦੇ ਵਿੱਚ ਅੱਜ ਤੱਕ ਕੁਐਸਚਨ ਆਏ ਹੈ ਉਹਦੀ ਮੈਰਾਥਨ ਪਈ ਹੈ, ਇਕੱਲੇ ਪੰਜਾਬ GK ਦੀ 12 ਘੰਟੇ ਦੀ ਮੈਰਾਥਨ ਪਈ ਹੈ, ਜਿਹਦੀ PDF ਫ੍ਰੀ ਆਫ ਕੋਸਟ ਪਈ ਹੈਗੀ ਹੈ ਭਾਈ ਆਪਣੇ ਟੈਲੀਗ੍ਰਾਮ ਚੈਨਲ 'ਤੇ ਪ੍ਰਤਾਪ ਅਕੈਡਮੀ 'ਤੇ। ਠੀਕ ਹੈ, ਹੁਣ ਇਹ ਸਾਰੀਆਂ ਕਲਾਸਾਂ ਫ੍ਰੀ ਪਈਆਂ YouTube 'ਤੇ, ਬਟ ਬੱਚਾ ਅਗਰ ਲਿਖ ਨਹੀਂ ਸਕਦਾ, ਬੱਚਾ ਕਹਿੰਦਾ ਸਰ ਸਾਨੂੰ PDF ਵੀ ਚਾਹੀਦੀ ਹੈ, ਤਾਂ PDF ਦੇ ਲਈ ਸਿਰਫ ਆਪਾਂ ਪੇਡ ਬੈਚ ਸਟਾਰਟ ਕਰਿਆ ਹੋਇਆ ਹੈ, ਔਰ ਇਸ ਪੇਡ ਬੈਚ ਦੀ ਜੋ ਫੀਸ ਹੈਗੀ ਹੈ ਸਿਰਫ ਅੱਜ ਦੇ ਲਈ, ਯਾਨੀ ਅੱਜ ਦੇ ਲਈ 480 ਰੁਪਏ ਹੈ। ਉਵੇਂ ਇਸ ਬੈਚ ਦੀ ਫੀਸ 600 ਰੁਪਏ ਹੁੰਦੀ ਹੈ, ਜਿਹਦੇ ਵਿੱਚ ਤੁਹਾਨੂੰ ਕੰਪਲੀਟ ਕਲਾਸਾਂ, ਕੰਪਲੀਟ ਥਿਊਰੀ ਦੀ PDFs, ਠੀਕ ਹੈ, ਕੰਪਲੀਟ MCQ ਦੀ PDFs ਔਰ MCQ ਦੀਆਂ ਕਲਾਸਾਂ,
ਕਲਾਸਾਂ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ YouTube ਤੇ ਬਿਲਕੁਲ ਫ੍ਰੀ ਆਫ ਕੋਸਟ ਪਈਆਂ ਹੈ, ਠੀਕ ਹੈ। ਉਸ ਤੋਂ ਬਾਅਦ ਆ ਜਾਓ ਰੀਜ਼ਨਿੰਗ, ਇਹਦੇ ਵਿੱਚ ਰੀਜ਼ਨਿੰਗ ਦਾ ਪਾਰਟ ਦੇਖੋ ਲੇਬਰ ਇੰਸਪੈਕਟਰ ਦੇ ਵਿੱਚ ਕਿੰਨਾ ਹੈ। ਰੀਜ਼ਨਿੰਗ ਦਾ ਪਾਰਟ ਹੈਗਾ ਭਾਈ 17 ਨੰਬਰ ਦੀ, ਤਾਂ ਤੁਹਾਡੀ ਇਕੱਲੀ ਰੀਜ਼ਨਿੰਗ ਹੈ। ਹੁਣ ਤੁਹਾਨੂੰ ਇਹ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ, ਮੈਂ ਬਿਲਕੁਲ ਫ੍ਰੀ ਆਫ ਕੋਸਟ 17 ਨੰਬਰ ਦੀ ਰੀਜ਼ਨਿੰਗ ਸ਼ਾਮ ਨੂੰ ਸਹੀ 7 ਵਜੇ ਲਾਈਵ ਆਉਣਾ ਹੁੰਦਾ ਹੈ। ਜਿਸ ਬੱਚੇ ਨੇ ਤਿਆਰੀ ਕਰਨੀ ਹੋਵੇ ਆ ਜਾਓ, ਤੁਹਾਨੂੰ ਕੋਈ ਵੀ ਕੋਰਸ ਲੈਣ ਦੀ ਲੋੜ ਨਹੀਂ ਹੈ, ਇਸ ਦੇ ਲਈ ਕੋਈ ਵੀ ਕੋਰਸ ਲੈਣ ਦੀ ਲੋੜ ਨਹੀਂ ਹੈ, ਮੈਂ ਤੁਹਾਨੂੰ ਦੱਸ ਰਿਹਾ ਹਾਂ, ਠੀਕ ਹੈ। ਉਸ ਤੋਂ ਬਾਅਦ ਪੰਜਾਬੀ, ਠੀਕ ਹੈ। ਆ ਪੰਜਾਬੀ, ਪੰਜਾਬੀ ਦਾ 13 ਨੰਬਰ ਦਾ ਹੈਗਾ, ਤਾਂ ਜਦੋਂ ਤੁਸੀਂ ਪੰਜਾਬੀ ਪੇਪਰ ਏ ਦੀ ਤਿਆਰੀ ਕਰੋਗੇ ਉੱਥੇ 13 ਨੰਬਰ ਕਵਰ ਹੋ ਜਾਣਗੇ। ਆ ਹੈ ਇੰਗਲਿਸ਼, ਇੰਗਲਿਸ਼ ਦੇ ਵਿੱਚ ਜਿੰਨੀਆਂ ਚੀਜ਼ਾਂ ਇੱਥੇ ਪਈਆਂ ਆਪਣੇ ਯੂਟਿਊਬ 'ਤੇ ਫ੍ਰੀ ਆਫ ਕੋਸਟ ਪਈਆਂ ਹੈ, ਜਾ ਕੇ ਦੇਖ ਲਿਓ। ਆ ਹੈਗਾ ਭਾਈ ਕੰਪਿਊਟਰ, ਕੰਪਿਊਟਰ ਦੇ ਵੇਟੇਜ ਹੈਗੀ ਹੈ 8 ਨੰਬਰ ਦੀ, ਜਿਹਦੇ ਵਿੱਚ ਆਸਾਨ ਜਿਹੀਆਂ ਚੀਜ਼ਾਂ ਪੁੱਛੀਆਂ ਜਾਣਗੀਆਂ। ਤਾਂ ਮੇਨਲੀ ਜੋ ਮੈਂ ਕਹਿ ਰਿਹਾ ਹਾਂ, ਤੁਹਾਨੂੰ ਸਾਰਾ ਕੁਝ ਪੜ੍ਹਨਾ ਹੈ, ਪਰ ਜੋ ਮੈਕਸੀਮਮ ਵੇਟੇਜ ਐਤਕੀ ਇਹਨਾਂ ਨੇ ਦਿੱਤੀ ਹੈ ਉਹ ਹੈਗੀ ਹੈ 17 ਨੰਬਰ ਦੀ ਰੀਜ਼ਨਿੰਗ, ਔਰ 17 ਨੰਬਰ ਦਾ ਹੀ ਤੁਹਾਡਾ ਪੰਜਾਬ GK। ਯਾਨੀ ਕਿ ਇਹ ਤੁਹਾਡੇ ਲਈ ਗੋਲਡਨ ਓਪਰਚੁਨਿਟੀ ਹੈ, ਔਰ ਇਹਨਾਂ ਚੋਂ ਦੋਨਾਂ ਚੋਂ ਨੰਬਰ ਕੰਪਲੀਟ ਕਵਰ ਕਰੇ ਜਾ ਸਕਦੇ ਹੈ, ਅੰਡਰਸਟੈਂਡ ਔਰ ਨੋਟ, ਠੀਕ ਹੈ। ਤਾਂ ਇਹ ਦੋਨੇ ਚੀਜ਼ਾਂ ਆਪਣੇ ਬਿਲਕੁਲ ਫ੍ਰੀ ਆਫ ਕੋਸਟ ਪਈਆਂ ਹੈ ਯੂਟਿਊਬ ਚੈਨਲ 'ਤੇ। ਤਾਂ ਮੈਂ ਤੁਹਾਡੇ ਨਾਲ ਸਿਲੇਬਸ ਵੀ ਡਿਸਕਸ ਕਰਤਾ, ਔਰ ਹੋਪਸੋ ਮੈਂ ਤੁਹਾਨੂੰ ਇਹ ਵੀ ਦੱਸਤਾ ਕਿ ਕੋਈ ਵੀ ਕਿਸੇ ਤੋਂ ਵੀ ਬੈਚ ਲੈਣ ਦੀ ਜ਼ਰੂਰਤ ਨਹੀਂ ਹੈ। ਬੈਚ ਤੁਸੀਂ ਉਦੋਂ ਹੀ ਲਿਓ ਜਦੋਂ ਤੁਸੀਂ ਕੰਪਲੀਟ ਸਟੱਡੀ ਕਰਨੀ ਹੈ, ਠੀਕ ਹੈ। ਪਰ ਅਗਰ ਤੁਸੀਂ ਸਿਰਫ ਰੀਜ਼ਨਿੰਗ ਔਰ ਪੰਜਾਬ GK ਵਾਸਤੇ ਬੈਚ ਲੈ ਰਹੇ ਹੋ ਤਾਂ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਕੰਪਲੀਟ ਬੈਚ ਦੇ ਵਿੱਚ ਤਾਂ ਤੁਹਾਨੂੰ ਸਭ ਕੁਝ ਮਿਲਦਾ ਹੀ ਹੈ, ਠੀਕ ਹੈ। ਤਾਂ ਜਿਸ ਵੀ ਬੱਚੇ ਨੇ ਬੈਚ ਵਗੈਰਾ ਲੈਣਾ ਹੋਵੇ ਉਹ ਆਪਣੀ ਪ੍ਰਤਾਪ ਅਕੈਡਮੀ ਐਪ ਡਾਊਨਲੋਡ ਕਰ ਸਕਦਾ ਹੈ। ਬਾਕੀ ਮੈਂ ਤੁਹਾਨੂੰ ਦੱਸਦਾ PDF ਦੇ ਲਈ ਬੈਚ ਤੁਸੀਂ ਬਾਏ ਕਰ ਸਕਦੇ ਹੋ, ਲੇਕਿਨ ਅਗਰ ਹੈਂਡ ਰਿਟਨ ਤੁਸੀਂ ਨੋਟਸ ਬਣਾ ਸਕਦੇ ਹੋ ਤਾਂ ਆਪਣੀ ਫ੍ਰੀ ਆਫ ਕੋਸਟ ਪਲੇਲਿਸਟ ਪਈ ਹੈ, ਉਸ ਤੋਂ ਬਾਹਰ ਇੱਕ ਵੀ ਨਹੀਂ ਆਊਗਾ। ਦੂਜੀ ਗੱਲ, ਹੁਣੇ ਡਿਸਕਸ ਹੋਈ ਸੀ ਅੰਕਿਤ ਸਰ ਨਾਲ ਕਿ ਜਿਹੜੇ, ਕਿਉਂਕਿ ਸੀਨੀਅਰ ਅਸਿਸਟੈਂਟ ਦੇ ਇਗਜ਼ਾਮ ਸੀਗਾ ਉਸ ਲੈਵਲ ਦਾ ਪੇਪਰ ਆਊਗਾ, ਤਾਂ ਅੰਕਿਤ ਸਰ ਜੋ ਪੰਜਾਬ GK ਦੇ ਜੋ ਡੀਪਲੀ ਕੁਐਸਚਨ ਹੋਰ ਬਣ ਸਕਦੇ ਹੈ ਬੜੀਆ ਲੈਵਲ ਦੇ, ਉਹ ਵੀ ਇੱਕ ਵਾਰੀ ਤੁਹਾਡੇ ਲਈ ਕਲਾਸ ਜ਼ਰੂਰ ਲਾ ਦੇਣਗੇ, ਚਾਹੇ ਉਹ ਮੈਰਾਥਨ ਲਾ ਦੇਣ ਜਾਂ ਉਹਨਾਂ ਨੂੰ ਘੰਟੇ ਘੰਟੇ 'ਚ ਕਰਕੇ, ਠੀਕ ਹੈ, ਮਤਲਬ ਮੈਕਸੀਮਮ ਤੁਹਾਡੀਆਂ ਚੀਜ਼ਾਂ ਹੋਰ ਕਵਰ ਕਰਾ ਦੇਣਗੇ। ਸੋ ਬੈਸਟ ਆਫ ਲੱਕ, ਹੁਣ ਚੰਗੇ ਤਰੀਕੇ ਨਾਲ ਤਿਆਰੀ ਕਰ ਲਓ। ਫਿਰ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਜੋ ਚੀਜ਼ਾਂ ਪੜ੍ਹਾਈਆਂ ਜਾਣਗੀਆਂ ਉਹ ਜ਼ਰੂਰ ਆਉਣਗੀਆਂ, ਕਿਉਂਕਿ ਪ੍ਰਤਾਪ ਅਕੈਡਮੀ ਇਗਜ਼ਾਮ ਦਾ ਲੈਵਲ ਸੈੱਟ ਕਰਦੀ ਹੈ ਭਾਈ। ਥੈਂਕ ਯੂ।